ਅਦਾਈ ਕਿੱਥੋਂ ਆਏ ਹੋ? ਖਮਨ ਸਵਾਲੇ ਤਵਾ ਮਦਾ ਕਿਵੇਂ ਹੱਥ ਝੰਡੇ ਨੇ? ਹਾਂ ਸਾਨੂੰ ਵੀ ਕੁਛ ਮਿਲੇ, ਸਾਨੂੰ ਪਲਾਟ ਮਿਲਣੇ ਚਾਹੀਦੇ ਨੇ ਜੀ। ਵੋਟਾਂ ਨੂੰ ਸਾਡੇ ਮੂਹਰੇ ਆ ਜਾਂਦੇ ਨੇ ਜੀ, ਮੰਗ ਲਓ ਹੱਥ ਖੜੇ ਕਰ ਦਿੰਦੇ ਨੇ ਜੀ, ਫੇਰ ਕਰ ਦਿੰਦੇ ਨੇ, ਅਸੀਂ ਬਣ ਗਏ ਜੀ ਪੂੰਡਾ। ਵਾਹ ਜੀ ਵਾਹ, ਵਾਹ ਜੀ ਵਾਹ, ਸਵਾਗਤ ਹੈ ਜੀ ਤੁਹਾਡਾ ਮਾਲਵਾ ਐਮ ਬੀ ਟੀ ਵੀ 'ਤੇ। ਮੈਂ ਗੁਰਵਿੰਦਰ ਸਿੰਘ ਰੋਮੀ ਤੁਹਾਨੂੰ ਲੈ ਆ ਅਨਾਜ ਮੰਡੀ ਭਵਾਨੀਗੜ੍ਹ ਦੇ ਵਿੱਚ। ਅੱਜ ਭਵਾਨੀਗੜ੍ਹ ਦੀ ਅਨਾਜ ਮੰਡੀ ਦੇ ਵਿੱਚ ਇੱਕ ਵਿਸ਼ਾਲ ਵੱਡਾ ਇਕੱਠ ਹੋਇਆ। ਪੰਜ ਪੰਜ ਮਰਲਿਆਂ ਦੇ ਪਲਾਟ ਨਾ ਦੇਣ ਸੰਬੰਧੀ ਸਰਕਾਰਾਂ ਵੱਲੋਂ ਵੱਡੇ ਵਾਅਦੇ ਕੀਤੇ ਗਏ ਸੀ ਅਤੇ ਪਲਾਟ ਨਾ ਮਿਲਦੇ ਦੇਖ ਅੱਜ ਹਾਬੀ ਮਜ਼ਦੂਰ ਦੇ ਵੱਡੀ ਗਿਣਤੀ ਦੇ ਵਿੱਚ ਅਨਾਜ ਮੰਡੀ ਭਵਾਨੀਗੜ੍ਹ ਦੇ ਵਿੱਚ ਇਕੱਤਰ ਹੋਏ ਨੇ। ਇੱਥੋਂ ਚੱਲ ਕੇ ਇਹ ਸਾਰੇ ਗਰੀਬ ਤਬਕੇ ਦੇ ਲੋਕ ਵੀਡੀਓ ਦਫ਼ਤਰ ਭਵਾਨੀਗੜ੍ਹ ਵਿਖੇ ਧਰਨਾ ਦੇਣਗੇ। ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿਉਂਕਿ ਸੂਬਾ ਸਰਕਾਰ ਵੱਲੋਂ ਨਿੱਤ ਦਿਨ ਵੱਡੇ ਐਲਾਨ ਕੀਤੇ ਜਾ ਰਹੇ ਨੇ। ਭਾਵਾਂ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਥਾਂ ਥਾਂ 'ਤੇ ਸਵਾਗਤ ਵੀ ਹੋਇਆ, ਪਰ ਸਵਾਗਤ ਹੈ ਜੀ ਤੁਹਾਡਾ ਮਾਲਵਾ ਐਮ ਬੀ ਟੀ ਵੀ 'ਤੇ। ਮੈਂ ਗੁਰਵਿੰਦਰ ਸਿੰਘ ਰੋਮੀ ਤੁਹਾਨੂੰ ਲੈ ਆ ਅਨਾਜ ਮੰਡੀ ਭਵਾਨੀਗੜ੍ਹ ਦੇ ਵਿੱਚ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਾਮੀ ਮਜ਼ਦੂਰ ਦੇ ਇੱਕ ਸੰਸਥਾ ਤੁਸੀਂ ਪਿਛਲੇ ਦਿਨਾਂ 'ਚ ਵੀ ਸੁਣੀ ਹੈ, ਇਸ ਸੰਸਥਾ ਨੂੰ ਚਮਨਦੀਪ ਸਿੰਘ ਮਿਰਖੀ ਨੇ ਬਣਾਇਆ, ਉਹ ਜਨਮਦਾਤਾ ਨੇ ਅਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਵੱਡੇ ਪ੍ਰੋਗਰਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੀਤੇ ਨੇ। ਸੋ ਅੱਜ ਭਵਾਨੀਗੜ੍ਹ ਦੀ ਅਨਾਜ ਮੰਡੀ ਦੇ ਵਿੱਚ ਇੱਕ ਵਿਸ਼ਾਲ ਵੱਡਾ ਇਕੱਠ ਹੋਇਆ। ਪੰਜ ਪੰਜ ਮਰਲਿਆਂ ਦੇ ਪਲਾਟ ਨਾ ਦੇਣ ਸੰਬੰਧੀ ਸਰਕਾਰਾਂ ਵੱਲੋਂ ਵੱਡੇ ਵਾਅਦੇ ਕੀਤੇ ਗਏ ਸੀ ਅਤੇ ਪਲਾਟ ਨਾ ਮਿਲਦੇ ਦੇਖ ਅੱਜ ਹਾਬੀ ਮਜ਼ਦੂਰ ਦੇ ਵੱਡੀ ਗਿਣਤੀ ਦੇ ਵਿੱਚ ਅਨਾਜ ਮੰਡੀ ਭਵਾਨੀਗੜ੍ਹ ਦੇ ਵਿੱਚ ਇਕੱਤਰ ਹੋਏ ਨੇ। ਇੱਥੋਂ ਚੱਲ ਕੇ ਇਹ ਸਾਰੇ ਗਰੀਬ ਤਬਕੇ ਦੇ ਲੋਕ ਵੀਡੀਓ ਦਫ਼ਤਰ ਭਵਾਨੀਗੜ੍ਹ ਵਿਖੇ ਧਰਨਾ ਦੇਣਗੇ। ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ, ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਤਸਵੀਰਾਂ ਦਿਖਾਉਣਗੇ ਇੱਧਰਲੇ ਪਾਸੇ। ਸੋ ਟੀਮ ਮਾਲਵਾ ਤੁਹਾਨੂੰ ਲੈ ਆਈ ਹੈ ਨੈਸ਼ਨਲ ਹਾਈਵੇ ਭਵਾਨੀਗੜ੍ਹ ਵਿਖੇ। ਇਸ ਟਾਈਮ ਅਸੀਂ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਖੜ੍ਹੇ ਹਾਂ ਅਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਚਮਨਦੀਪ ਸਿੰਘ ਮਿਰਖੀ ਦੀ ਅਗਵਾਈ ਵਿੱਚ ਇੱਕ ਵੱਡਾ ਇਕੱਠ ਜੋ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਬੀ ਡੀ ਓ ਦਫ਼ਤਰ ਭਵਾਨੀਗੜ੍ਹ ਵਿਖੇ ਪਹੁੰਚੇਗਾ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜ ਪੰਜ ਮਰਲਿਆਂ ਦੇ ਪਲਾਟਾਂ ਨੂੰ ਲੈ ਕੇ ਇਹ ਵੱਡਾ ਇਕੱਠ ਸ਼ਹਿਰ ਦੇ ਅੰਦਰ ਐਂਟਰ ਹੋਣ ਜਾ ਰਿਹਾ ਹੈ, ਤਸਵੀਰਾਂ ਦੇ ਵਿੱਚ ਨਜ਼ਰ ਆਉਣਗੇ। ਵੀਰ ਜੀ ਤੁਹਾਡਾ ਨਾਮ? ਗੁਰਲਾਲ ਸਿੰਘ ਜੀ। ਗੁਰਲਾਲ ਜੀ ਕਿਵੇਂ ਆਏ ਹੋ ਇੱਥੇ? ਪਲਾਟਾਂ ਪਿੱਛੇ ਆਏ ਜੀ। ਜੀ ਪਲਾਟਾਂ ਦਾ ਵਾਅਦਾ ਕੀਤਾ ਜੀ ਸਰਕਾਰ ਨੇ? ਸਰਕਾਰ ਨੇ ਪਲਾਟਾਂ ਦਾ ਵਾਅਦਾ ਕਰਿਆ ਪਰ ਇਹ ਅਫਸਰ ਨਹੀਂ ਦੇ ਰਹੇ ਜੀ, ਇਹ ਅਫਸਰ ਨਹੀਂ ਦੇ ਰਹੇ, ਇਸੇ ਕਰਕੇ ਧਰਨਾ ਲਾਇਆ ਜੀ। ਅਫਸਰ ਸ਼ਾਹੀ ਇਹ ਪਲਾਟ ਦੇ ਨਹੀਂ ਰਹੀ, ਨੌਜਵਾਨ ਦਾ ਕਹਿਣਾ। ਆਪਾਂ ਗੱਲਬਾਤ ਕਰਦੇ ਹਾਂ, ਛੋਟੇ ਵੀਰ ਤੁਹਾਡਾ ਨਾਮ? ਸੰਦੀਪ ਸਿੰਘ ਹੈ ਸਾਡਾ ਨਾਮ। ਸੰਦੀਪ ਜੀ ਕਿਵੇਂ? ਇਹ ਅਸੀਂ ਇਹ ਇਕੱਠ ਰੱਖਿਆ ਜੀ, ਜਿਹੜੇ ਪੰਜ ਪੰਜ ਮਰਲਿਆਂ ਦੇ ਵਾਅਦੇ ਕੀਤੇ ਗਏ ਨੇ ਜੀ, ਕਈ ਪਿੰਡਾਂ ਦੇ ਵਿੱਚ ਇਹਨਾਂ ਦਾ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਹਾਂ ਇਸ ਕਰਕੇ ਇਹ ਮਜ਼ਦੂਰਾਂ ਨੇ ਏਕਤਾ ਦਾ ਇਕੱਠ ਰੱਖਿਆ ਗਿਆ ਵੀ ਜੋ ਵਾਅਦੇ ਕੀਤੇ ਨੇ ਵਾਅਦੇ ਪੂਰੇ ਕੀਤੇ ਜਾਣ। ਸਾਨੂੰ ਵੀ, ਅਸੀਂ ਮਜ਼ਦੂਰ ਬੰਦੇ ਆ, ਸਾਨੂੰ ਵੀ ਪੰਜ ਪੰਜ ਮਰਲਿਆਂ ਦੇ ਪਰਾਟ ਸਾਡਾ ਹਿੱਸਾ ਦਿੱਤਾ ਜਾਵੇ, ਜੋ ਵਾਅਦੇ ਕੀਤੇ ਨੇ ਪੂਰੇ ਕੀਤੇ ਜਾਣ ਇਹ ਜੀ। ਸੰਦੀਪ ਸਿੰਘ ਨੇ ਕਿਹਾ ਕਿ ਜੋ ਵਾਅਦੇ ਸੂਬੇ ਦਾ ਮੁੱਖ ਮੰਤਰੀ ਕਰ ਰਿਹਾ ਹੈ ਉਹ ਪੂਰੇ ਕਰੇ, ਹੋਰ ਕਈ ਭਰਾ ਸਾਡਾ। ਹਾਂਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਰਾਮਪੁਰੇ ਤੋਂ ਜੀ। ਰਾਮਪੁਰੇ ਤੋਂ? ਹਾਂਜੀ। ਕਿਵੇਂ? ਪਲਾਟਾਂ ਸਿਲਸਿਲੇ 'ਚ ਆਏ ਜੀ। ਜੀ ਹਾਂਜੀ। ਪਲਾਟਾਂ ਦੀ ਮੰਗ ਕਰ ਰਹੇ ਹੋ? ਪਲਾਟਾਂ ਦੀ ਮੰਗ ਕਰ ਰਹੇ ਜੀ। ਇਹ ਚਰਨਜੀਤ ਸਿੰਘ ਚੰਨੀ ਵੈਸੇ ਵਾਅਦੇ ਕਰ ਰਹੇ ਨੇ ਹਾਂਜੀ, ਤੇ ਦੇ ਵੀ ਰਹੇ ਨੇ, ਪੁਰਾਣੇ ਪਿਛਲੇ ਅਫਸਰ ਨਹੀਂ ਦੇ ਰਹੇ ਜੀ। ਜੀ ਅਫਸਰ ਲੋਕ ਦੇ ਨਹੀਂ ਰਹੇ ਜੀ। ਜੀ ਅਸੀਂ ਧਰਨੇ ਤੋਂ ਉਤਰੇ ਹੋਏ ਜੀ। ਇਹ ਸਿੱਧੇ ਸਿੱਧੇ ਸੰਕੇਤ ਆਪਸ਼ਨ। ਸੋ ਇੱਕ ਮਾਤਾ ਵੀ ਨੇ ਸਾਡੇ ਨਾਲ, ਆਪਾਂ ਗੱਲਬਾਤ ਕਰਦੇ ਹਾਂ। ਮਾਤਾ ਜੀ ਕਿੱਥੋਂ ਆਏ ਹੋ? ਖਮਨ ਸਵਾਲੇ ਤਾਂ। ਮਾਤਾ ਜੀ ਕਿਵੇਂ ਹੱਥ ਝੰਡੇ ਨੇ?
हाँ सानू भी कुछ मिले माता जी ने अपने दिल दिया गल कर की नाम की है मुंशी वाला जी कि आयो चरणजीत चन्नी वड्डे वादे कर रहे ने वादे नाल ना गल बननी जे वादे पूरे होण तां ही गल बननी है ना जी ठीक है जी धन्यवाद जी असी जिहड़ा सरकार ने 2017 दे विच कांग्रेस सरकार ने अपने चोण मैनीफेस्टो दे विच वादा कीता सीगा भी हरेक गरीब बंदे नूं 5-5 मरले दे प्लाट दिते जाणगे पर अज पौने 5 साल निकल चुके ने चोण जाबदा लगन च कुछ ही दिन बाकी रह गए इन्हां ने हले तक किसी भी गरीब बंदे नूं 5-5 मरले दे प्लाट नहीं दिते गरीबां दा हालात जदों आपां जाके देखदे आं पिंडां दे विच एक छोटे घर बहुत छोटे रह गए बेचारियां दे होर कोई हो नहीं बैठण लई भी कईआं दे जगह नहीं हैगी तां इह चीज़ का भी असीं सारे इकट्ठे होए असीं इक संस्था बनाई आ हामी मजदूर दे वैलफेयर एसोसीएशन जिहड़ी कि सारी इह जो गरीब परिवार ने मजदूर परिवार ने जिन्हां दी कितें सुनवाई नहीं हुंदी सीगी असीं उन्हां दे लई कम्म करन लई इह संस्था बनाई आ ते उन्हां दीआं मंगां इह चक्कांगे असीं उस असीं ने पहलां जदों पहलां 7 दिन पहलां वीडियो साहब दे आ के एक दरखास्त भी दित्ती सीगी भी सानूं इन्हां दे जो प्लाट ने तकसीम किए जाण इन्हां नूं दित्ते जाण पर इन्हां ने कोई अगे कोई सुनवाई नहीं करी किसी नाल साडे नाल कोई संपर्क करन दी कोशिश नहीं करी तां असीं ने सानूं अज मजबूर हो के इह धरना प्रदर्शन करना पै रिहा तुसीं की कहना चाहुंदे हो ਇਹਦੇ ਵਿੱਚ ਇਹ ਵੀ ਜੋ ਸਰਕਾਰ ਵੱਲੋਂ ਹਦਾਇਤਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਪਈਆਂ ਨੇ ਉਹ ਪਿੰਡਾਂ ਦੇ ਵਿੱਚ ਅਕਸਰ ਹੀ ਅਸੀਂ ਦੇਖਿਆ ਵੀ ਅਸੀਂ ਕਾਕੜੇ ਵੀ ਮਤਾ ਪਵਾ ਚੁੱਕੇ ਹਾਂ 95 ਦੇ ਪਲਾਟ 81 ਪਲਾਟ ਕੱਟੇ ਜਾ ਚੁੱਕੇ ਆ ਗਹਿਲਾਂ ਦੇ ਸਪੋਜ਼ ਕਰੋ ਇੱਥੇ ਖੇੜੀ ਗਿੱਲਾਂ ਅਤੇ ਜਿੱਥੇ ਜਿੱਥੇ ਵੀ ਸਾਡੇ ਕੋਲ ਪੰਚਾਇਤੀ ਜ਼ਮੀਨਾਂ ਹੈਗੀਆਂ ਅਸੀਂ ਉੱਥੇ ਉੱਥੇ ਉਹ ਪਲਾਟ ਕਟਾ ਕੇ ਸਿੰਗਲਾ ਸਾਹਿਬ ਦਾ ਪੂਰਾ ਆਦੇਸ਼ ਹੈ ਮਹਿਕਮੇ ਨੂੰ ਕਿ ਜਿੱਥੇ ਜਗ੍ਹਾ ਹੈ ਸਾਰੇ ਸਰਪੰਚਾਂ ਨੂੰ ਵਾਰ ਵਾਰ ਕਿਹਾ ਗਿਆ ਵੀ ਜਿੱਥੇ ਆਪਣੇ ਕੋਲ ਜਗ੍ਹਾ ਹੈਗੀ ਹੈ ਪੰਚਾਇਤੀ ਜ਼ਮੀਨ ਹੈਗੀ ਹੈ ਵੀ ਉੱਥੇ ਉਹ 5-5 ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣ ਕੁਛ ਤਾਂ ਸਾਡੇ ਕੋਲ ਅਸੀਂ ਵੰਡੇ ਵੀ ਗਏ ਕੁਛ ਤਿਆਰ ਹੋਏ ਪਏ ਨੇ 2-4 ਦਿਨਾਂ ਦੇ ਵਿੱਚ ਅਸੀਂ ਉਹ ਵੰਡਾਂਗੇ ਇਹ ਪ੍ਰਕਿਰਿਆ ਕਿੰਨੇ ਟਾਈਮ 'ਚ ਮੁਕੰਮਲ ਹੋ ਜਾਏਗੀ ਕਿਉਂਕਿ ਇਹਨਾਂ ਦੀ ਜਦੋਂ ਤੱਕ ਮੈਨੂੰ ਪਤਾ ਲੱਗੇ 5-5 ਮਰਲੇ ਪਲਾਟਾਂ ਸੰਬੰਧੀ ਕੋਈ ਮੰਗ ਪੱਤਰ ਸਾਡੇ ਕੋਲ ਆਏ ਹੋਏ ਨੇ ਉਹ ਅਸੀਂ ਸੰਬੰਧਿਤ ਪੰਚਾਇਤਾਂ ਨੂੰ ਭੇਜੇ ਹੋਏ ਨੇ ਜਿਨ੍ਹਾਂ ਪੰਚਾਇਤਾਂ ਕੋਲ ਜ਼ਮੀਨ ਉਪਲਬਧ ਹੈ ਉੱਥੇ ਇਹਨਾਂ ਦੀ ਬਣਦੀ ਮਤਲਬ ਪੜਤਾਲ ਕਰਕੇ ਅਸੀਂ ਇਹਨਾਂ ਨੂੰ ਪਲਾਟ ਦੇਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਪੰਚਾਇਤਾਂ ਕੋਲ ਆਪਣੀ ਜ਼ਮੀਨ ਨਹੀਂ ਉਹ ਸਰਕਾਰ ਦੇ ਧਿਆਨ ਵਿੱਚ ਆ ਜੋ ਸਰਕਾਰ ਦੀਆਂ ਸਾਡੇ ਕੋਲ ਹੁਕਮ ਹੋਣਗੇ ਉਹ ਅਸੀਂ ਉਹਨਾਂ ਮੁਤਾਬਕ ਇਹਨਾਂ ਦੇ ਕਾਰਵਾਈ ਕਰਾਂਗੇ ਇੱਕ ਸਰਟੀਫਿਕੇਟ ਦਾ